ਇੱਥੇ ਆਉਣ ਦਾ ਮਕਸਦ ਅੱਜ ਅਸੀਂ ਚਿਲਡਰਨਸ ਡੇ ਮਨਾ ਰਹੇ ਹਾਂ ਔਰ ਇਹਦੇ ਨਾਲ ਨਾਲ ਅਸੀਂ ਇਹਨੂੰ ਨਾਮ ਦਿੱਤਾ ਗਿਆ ਨੋਚਲਾਨ ਡੇ ਤਾਂ ਜੋ ਜਵਾਹਰ ਲਾਲ ਨਹਿਰੂ ਜੀ ਨੂੰ ਯਾਦ ਕਰਦੇ ਹੋਏ ਚਿਲਡਰਨਸ ਡੇ ਦੇ ਉੱਤੇ ਅਸੀਂ ਇਹ ਫੈਸਲਾ ਲਿਆ ਪੰਜਾਬ ਦੇ ਅੰਦਰ ਕਿ ਅਸੀਂ ਕਿਤੇ ਵੀ ਕੋਈ ਚਲਾਨ ਨਹੀਂ ਕਰਾਂਗੇ ਲੋਕ ਨਿਯਮਾਂ ਦੀ ਉਲੰਘਣਾ ਕਰਦੇ ਹੈ ਲੋਕ ਹੈਲਮੈਟਸ ਨਹੀਂ ਪਾਉਂਦੇ ਸੀਟ ਬੈਲਟਸ ਨਹੀਂ ਲਾਉਂਦੇ ਟ੍ਰਿਪਲ ਡਰਾਈਵਿੰਗ ਕਰਦੇ ਹੈ ਅਸੀਂ ਇਹ ਸੋਚਿਆ ਕਿ ਰਾਦਰ ਦੈਨ ਚਲਾਨ ਕੱਟਣ ਤੋਂ ਅੱਜ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਵੇ ਚੌਂਕਸ ਦੇ ਅੰਦਰ ਜਾ ਕੇ ਖੜ੍ਹੇ ਹੋ ਕੇ ਕਿ ਅੱਜ ਤੋਂ ਬਾਅਦ ਤੁਸੀਂ ਨਿਯਮਾਂ ਦੀ ਪਾਲਣਾ ਕਰੋਗੇ ਇਸ ਤਰ੍ਹਾਂ ਦੇ ਅਸੀਂ ਅੱਜ ਘੱਟੋ ਘੱਟ 100 ਤੋਂ ਉੱਪਰ ਪੁਆਇੰਟਸ ਦੇ ਉੱਤੇ ਅਸੀਂ ਅਵੇਅਰਨੈਸ ਪ੍ਰੋਗਰਾਮ ਚਲਾਇਆ ਜਿੱਥੇ ਤਮਾਮ MLA ਸਾਥੀ ਕਾਫੀ ਯੰਗਸਟਰ MLA ਚੌਂਕਸ ਦੇ ਵਿੱਚ ਖੜ੍ਹ ਕੇ ਆਪਣੇ ਆਪਣੇ ਸਿਟੀਜ਼ ਦੇ ਵਿੱਚ ਇਹ ਨੋ ਚਲਾਨ ਡੇ ਅਤੇ ਚਿਲਡਰਨਸ ਡੇ ਦੇ ਉੱਪਰ ਇਹ ਮਨਾ ਰਹੇ ਹੈ ਇਵੇਂ ਯੂਥ ਕਾਂਗਰਸ ਦੇ ਲੋਕ ਪੂਰੇ ਪੰਜਾਬ ਭਰ ਦੇ ਅੰਦਰ ਬਲੋਕ ਸਤਰ 'ਤੇ ਇਹ ਪ੍ਰੋਗਰਾਮ ਚਲਾ ਰਹੇ ਨੇ ਮਹਿਲਾ ਕਾਂਗਰਸ ਅਤੇ NSUI ਸੋ ਉਸੇ ਪ੍ਰੋਗਰਾਮ ਦੇ ਤਹਿਤ ਮੈਂ ਅੱਜ ਇੱਥੇ ਆਇਆ ਮੇਰਾ ਮਿਸ਼ਨ ਹੈ ਕਿ ਪੰਜਾਬ ਨੂੰ ਸੜਕ ਹਾਦਸੇ ਜੋ ਹੋ ਰਹੇ ਹੈ ਉਹਨਾਂ ਤੋਂ ਰਾਹਤ ਮਿਲੇ ਅਤੇ ਪੰਜਾਬ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਸੜਕ ਹਾਦਸਾ ਨਾ ਹੋਵੇ ਔਰ ਇਹਦੇ ਵਿੱਚ ਇਹ ਮੇਰੇ ਰੋਕਣ ਨਾਲ ਨਹੀਂ ਹੋਏਗਾ ਜਾਂ ਟ੍ਰੈਫਿਕ ਪੁਲਿਸ ਦੇ ਰੋਕਣ ਨਾਲ ਨਹੀਂ ਹੋਏਗਾ ਜਾਂ ਮੇਰੇ ਅੱਜ ਦੇ ਉਪਰਾਲੇ ਨਾਲ ਨਹੀਂ ਹੋਏਗਾ ਇਹਦੇ ਵਿੱਚ ਸਾਰੀ ਜਨਤਾ ਦਾ ਸਟੇਕ ਹੈਗਾ ਅਗਰ ਜਨਤਾ ਇਹ ਗੱਲ ਚਾਹੇਗੀ ਔਰ ਸਾਡਾ ਸਾਥ ਦੇਵੇਗੀ ਤਾਂ ਹੀ ਅਸੀਂ ਆਪਦੇ ਇਸ ਮਿਸ਼ਨ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ ਇਸੇ ਕਰਕੇ ਅਸੀਂ ਹੱਥ ਜੋੜ ਕੇ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਔਰ 100ਵੀਂ ਚੁਕਾਈ ਗਈ ਕਿ ਉਹ ਅੱਜ ਤੋਂ ਬਾਅਦ ਨਿਯਮਾਂ ਦੀ ਪਾਲਣਾ ਕਰਨਗੇ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ 421 ਮੈਂ ਸਮਝਦਾ ਕਿ ਡੇਲੀ ਰੋਡ ਐਕਸੀਡੈਂਟ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਮੌਤਾਂ ਹੁੰਦੀਆਂ ਇਹ ਫਿਗਰ 2019 ਦੀ ਹੈ ਕਰੋਨਾ ਤੋਂ ਪਹਿਲਾਂ ਦੀ ਅਤੇ 12 ਤੋਂ 13 ਮੌਤਾਂ ਪੰਜਾਬ ਦੇ ਵਿੱਚ ਹੁੰਦੀਆਂ ਜਿਹੜਾ ਕਿ ਬਹੁਤ ਹਾਈਐਸਟ ਰੇਟ ਹੈ ਅਗਰ ਇਹਦੀ ਔਨ ਐਨ ਐਵਰੇਜ ਕੱਢੀਏ ਤਾਂ ਪੰਜਾਬ ਇਜ਼ ਔਨ ਹਾਇਰ ਸਾਈਡ ਕਿ ਪੰਜਾਬ ਦੇ ਅੰਦਰ ਜ਼ਿਆਦਾ ਮੌਤਾਂ ਹੁੰਦੀਆਂ ਸੋ ਇਸ ਕਰਕੇ ਇਹ ਅਵੇਅਰਨੈਸ ਪ੍ਰੋਗਰਾਮ ਜਿਹੜਾ ਚਲਾਇਆ ਗਿਆ ਮੈਂ ਅੱਜ ਇਹ ਵੀ ਬੇਨਤੀ ਕਰਾਂਗਾ ਕਿ ਨਿਯਮਾਂ ਦੇ ਮੁਤਾਬਕ 25 ਮਤਲਬ ਕਿ 25 ਦੀ ਸਪੀਡ 'ਤੇ 25 ਦੀ ਸਪੀਡ 'ਤੇ ਸਕੂਲ ਦੇ 25 ਕਿਲੋਮੀਟਰ 300 ਮੀਟਰ ਦੇ ਏਰੀਏ 'ਚ ਮੈਨੂੰ ਲੱਗਦਾ 25 ਦੀ ਸਪੀਡ 'ਤੇ ਗੱਡੀਆਂ ਜਿਹੜੀਆਂ ਜਾਂ ਸੰਸਾਧਨ ਚੱਲਣੇ ਚਾਹੀਦੇ ਹੈ ਜਿਹਦੀ ਮੈਂ ਕੋਸ਼ਿਸ਼ ਕਰਾਂਗਾ ਔਰ ਅੱਜ ਇਹ ਬੇਨਤੀ ਵੀ ਕਰਾਂਗਾ ਸਾਡੇ ਤਮਾਮ ਟ੍ਰੈਫਿਕ ਇੰਚਾਰਜ ਸਾਹਿਬਾਨਾਂ ਨੂੰ ਪੰਜਾਬਦਿਆਂ ਨੂੰ ਤੁਹਾਡੇ ਰਾਹੀਂ ਕਿ ਇਹਦੀ ਪਾਲਣਾ ਹੋਣੀ ਚਾਹੀਦੀ ਹੈ ਸਖ਼ਤ ਤਰੀਕੇ ਦੇ ਨਾਲ ਸਕੂਲ ਬੱਚਿਆਂ ਨੂੰ ਅੱਜ ਇਹ ਚਿਲਡਰਨਸ ਡੇ ਦੇ ਉੱਤੇ ਇਹ ਅਸੀਂ ਫੈਸਲਾ ਲਿਆ ਕਿ 300 ਮੀਟਰ ਦੇ ਦਾਇਰੇ 'ਚ 25 ਦੀ ਸਪੀਡ 'ਤੇ ਗੱਡੀਆਂ ਚੱਲਣੀਆਂ ਨਹੀਂ ਤਾਂ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ ਇਹ ਚਲਾਨ ਡੇ ਅੱਜ ਦੇ ਦਿਨ ਵਾਸਤੇ ਮਾਫੀ ਹੈ ਇਹ ਰੈਗੂਲਰ ਅਵੇਅਰਨੈਸ ਪ੍ਰੋਗਰਾਮ ਯੂਥ ਕਾਂਗਰਸ ਚਲਾਉਂਦੀ ਰਹੇਗੀ ਮਹਿਲਾ ਕਾਂਗਰਸ ਚਲਾਉਂਦੀ ਰਹੇਗੀ ਤਾਂ ਜੋ ਅਸੀਂ ਲੋਕਾਂ ਨੂੰ ਹੋਰ ਅਵੇਅਰ ਕਰ ਸਕੀਏ ਅੱਜ ਦਾ ਇਹੀ ਮਿਸ਼ਨ ਸੀਗਾ ਇਹੀ ਪ੍ਰੋਗਰਾਮ ਸੀਗਾ ਔਰ ਉਮੀਦ ਕਰਦਾ ਹੈ ਕਿ ਲੋਕ ਇਸ ਗੱਲ ਵੱਲ ਤਵੱਜੋ ਦੇਣਗੇ ਕੋਈ ਵੀ ਕੰਮ ਔਰ ਕਾਰਜ ਜਨਤਾ ਦੇ ਸੰਯੋਗ ਤੋਂ ਬਿਨਾਂ ਨਾਮੁਮਕਿਨ ਹੈ ਸੋ ਇਸੇ ਕਰਕੇ ਅੱਜ ਜਨਤਾ ਦਾ ਸੰਯੋਗ ਲਿਆ ਔਰ ਪੰਜਾਬ ਭਰ ਦੇ ਵਿੱਚ ਇਹ ਚਲਾਨ ਨੋ ਚਲਾਨ ਡੇ ਬਣਾਇਆ ਜਾ ਰਿਹਾ ਨਹੀਂ ਨਜਾਇਜ਼ ਕਿਵੇਂ ਕਹਿ ਰਹੇ ਹੋ ਤੁਸੀਂ ਨਜਾਇਜ਼ ਚੱਲ ਰਹੇ ਜਿਹੜੀ ਬੱਸ ਪੰਜਾਬ ਰੋਡਵੇਜ਼ ਦੇ ਬੱਸ ਸਟੈਂਡ ਤੋਂ ਨਹੀਂ ਚੱਲ ਰਹੀ ਔਰ ਟੂਰਿਸਟ ਪਰਮਿਟ 'ਤੇ ਚੱਲ ਰਹੀ ਹੈ ਸਟੇਜ ਕੈਰੇਜ ਨਹੀਂ ਚੱਲ ਰਹੀ ਉਹਦੀ ਤਾਂ ਇੱਕ ਇੱਕ ਟਿਕਟ ਕੱਟੀ ਨਹੀਂ ਜਾ ਸਕਦੀ ਅੱਜ ਤੱਕ ਨਾ ਤਾਂ ਉਹਨਾਂ ਬੱਸਾਂ 'ਤੇ ਕੋਈ ਕਾਰਵਾਈ ਹੋਈ ਨਾ ਕੋਈ ਆਫਿਸ ਬੰਦ ਹੋਇਆ ਦੋ ਚਾਰ ਗੱਡੀਆਂ ਫੜ ਕੇ ਚਲਾਨ ਕੱਟ ਕੇ ਔਰ ਕਹਾਣੀ ਖਤਮ ਕਰ ਸੋ ਮੈਂ ਸਾਰੇ ਪੂਰੇ ਜਲੰਧਰ ਦੀ ਗੱਲ ਕਰੀਏ ਅਲੱਗ ਅਲੱਗ ਸ਼ਹਿਰ ਮਾਲਿਆ ਤੋਂ ਬੱਸਾਂ ਚੱਲਦੀਆਂ ਵੀ ਕਿਹੜੇ ਮਾਲ ਚਲੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਮੇਰੇ ਕੋਲ ਵੀ ਕੁਝ ਸ਼ਿਕਾਇਤਾਂ ਸੀਗੀਆਂ ਇਸ ਦੇ ਮੁਤਲਕ ਟੂਰਿਸਟ ਬੱਸ ਨੂੰ ਮੈਂ ਰੋਕ ਨਹੀਂ ਸਕਦਾ ਟੂਰਿਸਟ ਬੱਸ ਦਾ 5500 ਰੁਪਏ ਦਾ ਟੈਕਸ ਹੈਗਾ ਐਂਟਰੀ ਟੈਕਸ ਹੈਗਾ ਸੋ ਜਿਹੜੇ ਵੀ ਲੋਕ ਟੈਕਸ ਭਰਦੇ ਨੇ ਉਹ ਆਪਦੀ ਟੂਰਿਸਟ ਬੱਸ ਚਲਾ ਸਕਦੇ ਨੇ ਬਟ ਐਜ਼ ਯੂ ਸੈਡ ਕਿ ਸਟੇਜ ਕੈਰੇਜ ਇਹ ਕੰਟਰੈਕਟ ਕੈਰੇਜ ਪਰਮਿਟ 'ਤੇ ਚੱਲਦੀਆਂ ਨੇ ਪਰ ਯੈਸ ਸਟੇਜ ਕੈਰੇਜ 'ਤੇ ਜ਼ਿਆਦਾ ਸਟੇਜ ਕੈਰੇਜ ਦਾ ਪਰਮਿਟ ਲੈਣ ਅਦਰਵਾਈਜ਼ ਇਹ ਕੰਟਰੈਕਟ ਕੈਰੇਜ 'ਤੇ ਚੱਲਦੇ ਕੰਟਰੈਕਟ ਕੈਰੇਜ ਦਾ ਮਤਲਬ ਇਹ ਹੈ
कि एक जगह तो सवारियां चकन ते दूसरे टूरिस्ट जगह ते लेके जान जिथे भी लेके जाने रास्ते चो सिंगल सिंगल सवारी नहीं चढ़ा सकते। आरटीए साहबान इत्थे बैठे ने अमित महाजन जी, अमित महाजन जी नूं मैं बेनती करांगी कि अज तो बाद इस तरह की शिकायत नहीं आनी चाहिए। जिन्हां लोगों ने अलग अलग जगह तो सवारी चढ़ानी है जां बुकिंग करनी है उनूं उन्हां नूं आपदे परमिट्स दे विच बदल लेने चाहिए। मैं पिछे काफ़ी रात नूं जिस दिन मैं मोहाली ते रात नूं लाइव होया सी 12 बजे उस दिन असी काफ़ी लोगों नूं जिहड़ियां कंट्रैक्ट कैरेजिज़ बसिस नूं विदाउट टैक्स ते जिहड़ी ओस्टेज कैरेजिज़ वन नूं चल रही सी उन्हां नूं रोकिया। सो ये सारी रोकथाम तो बाद ही बिल्कुल जलंधर दे विच थोड़ी शिकायत जायज़ है होएगी, लेकिन कोशिश करांगा कि इसे वीक दे अंदर अंदर आरटीए साहबान उन्हां ते बनदी कार्रवाई कर लैन तां जो ये नहीं चलनियां चाहीदियां। और उसे सारियां बसिस दे करके मेरा रेवेन्यू लॉसिस भी हुंदा रहा। अज मैं थोनू दस दिया कि 350 दे लगभग बसिस मैं इंपाउंड कीतियां वी हैं। सो कॉल्ड अमीर लोग वड्डे लोग जिहड़े नजायज़ बसां चलाउंदे सन वो इंपाउंड ने, ते 1 करोड़ का मुनाफा हर रोज़ का 1.3 करोड़ रुपया सरकार के खजाने च आने लग गया। भेदभाव नहीं, डिस्क्रिमिनेशन नहीं किया जा सकता। जो सरकार फैसले लेनी है वो इस तरह तमाम जनता दे वास्ते फैसले होंदे है। नो आई डोंट थिंक सो, रेवेन्यू लॉस हो रहा है। जे रेवेन्यू उस तो वध सानू रेवेन्यू आ रहा, पहला लोगों की मोनोपली सी की 100% हक है। नॉट ओनली करतार बस सर्विस दियां 4 बसेस इंपाउंड कीतियां ने, 4 बसेस इंपाउंड कीतियां ने। अगर ऑन एन एवरेज तुसी देखोगे, अलग अलग कंपनीज दी एवरेज देखोगे, ते असी कई ऐसी कंपनीज दी हैं जिन्हां दी एक ही बस इंपाउंड कीती है। सो मेरा मकसद लोगों दी बसां इंपाउंड करना नहीं है, मेरा मकसद स्टेट नूं रेवेन्यू लैके आना है, ते उस जिहड़े आ टैक्सिस भरन उहनां दीआं कुछ मंगां ने। वो कहिंदे एमनेस्टी स्कीम लैके आओ, जिहड़ी वन टाइम सैटलमेंट स्कीम लैके आओ। कुछ वो कहिंदे ने कि करोना काल दे विच सानू जिहड़े टैक्स की उहदी छोड़ दिओ, लेकिन उहदे ते विचार चल रहा है। लेकिन मैं सब दीआं बसेस, चाहे वह करतार है, चाहे वह प्यार है, चाहे ऑर्बिट है, क्योंकि कई फ्लीट वड्डा है, कई फ्लीट 400 बस का, हज़ार बस का फ्लीट है। सो उन्हां दी एवरेज ज़्यादा है। अगर किसी का फ्लीट 40 बसों का है तो उन्हां दी एवरेज घट है, लेकिन किसी नाल भेदभाव नहीं हो रहा। यस, यू आर एग्जैक्ट। कौन? सो आई डोंट नो, अगर टैक्स कोई पे नहीं करेगा, अगर ना कोई कांग्रेसी होवे, कोई भी होवे, उन्हें टैक्स देना पड़ेगा। अगर विदाउट परमिट चल रही हैं, प्यार दियां बसां भी असी 3-4 रोहतक ते प्यार असी इंपाउंड कीतियां बिल्कुल। महाजन साहब जाके देखो, जीरी भी बस विदाउट परमिट चलेगी, तुसी मीडिया वाले जा सकते हो साडे आरटीए साहबान वाला, बिल्कुल इंपाउंड नहीं है प्यार बस। चलो एक मिनट, तुसी केड़े चैनल तो? दैनिक भास्कर। अगर मेरे ना शर्त लगा ले कि आज तो 5 दिन पहला दे पाउंड बसेस दे थानू चलान दे, ना ऑन फैक्ट्स गल करांगे। मैं प्यार दी गल कर रहा, प्यार और रोहतक यार। नो, लिसन, चलदियां होनियां। मैं आई डोंट डिनाई दैट, बट तुसी क्या कि अगर प्यार बस का चलान होया तो मैं आपकी पत्रकारी नूं छड़ देंगा। फिर मैं कह रहा, इट्स नॉट जलंधर, ये प्यार बस अमृतसर तो भी आती है। मैं थोनू प्यार बस की इंपाउंडेड बसिस दे अज तो 15 दिन के पहला दे अगर चलान देंगा तो फिर तुसी मेरी गल सच्ची मान लो, नहीं झूठी मान लो। सो पर जो तुसी कह रहे हो चल रही होनी कोई नजायज, मैं इस गल भी डिनाई नहीं कर रहा, बट मैं उस तो पहला किसी का इल्जाम नहीं ला सकता जिन्ना चिकर उन्होंने चेक नहीं कर लेता।
नॉट ऑन योर बिहाफ तुसी शिकायत कीती है आई विल टेल माय आरटीए कि उन्हें चेक कर लो अगर उन्हें दी गलत चल रही हुई तो बंद कर दे मैं कहूंगा मंत्री नहीं मुख्यमंत्री साहब जिम्मेदार से जो स्टेट का हेड होंदा है क्योंकि मैं ऑलरेडी कह चुके हैं कैप्टन अमरिंदर सिंह जी बारे कि वो कॉम्प्रोमाइज चीफ मिनिस्टर से सो उन्होंने कॉम्प्रोमाइज किया आई नेम्ड हिम एज ए कॉम्प्रोमाइज चीफ मिनिस्टर पंजाब और ये दुनिया की हिस्ट्री लिखा जाएगा कि जब 80 सीटां की बहुमत नाल पंजाब सरकार बनी तो अमरिंदर सिंह ने लोगों नाल वादे किए सी माफियाज नूं खत्म कर ली लेकिन उन्होंने बीजेपी ते बादल नाल समझौते दे तहत पंजाब नूं बर्बाद करन दी कोशिश की और नतीजे दे मतलक ही साढ़े चार साल अपनी सरकार कांग्रेस दे ते 10 साल तो फिर उन्होंने लोगों की सी जिन्हां ने लुटिया इस करके कार्रवाई नहीं हो सकती नहीं नहीं देखो समटाइम्स तुसी कई बार न्यूज़ लाना चाहते होंगे हो लेकिन जिहड़ा मालिक हुंदा है वह न्यूज़ नहीं लाना चाहता तुसी न्यूज़ कोई होर भेज दियो लेकिन मालिक ओरा फ्रंट तो कट दिंदा है जिहड़ा उपर है ये सारे अखबार नहीं सारे अखबारों नाल हुंदा है लेकिन मालिक मुख्यमंत्री सीगा मैं मंत्रियों का दोष कट समझदा उन्हों का दोष नहीं समझना मुख्यमंत्री यस ऑफकोर्स इट्स अ मैटर ऑफ इनकुआरी इट्स अ मैटर ऑफ इनकुआरी असी लोग इनकुआरी कर रहे हैं यही नहीं 600 करोड़ रुपए का रेवेन्यू लॉसिज है 14.5 साल से इफ आई कैलकुलेट 1 CR इंटू 14.5 साल ये 600 करोड़ रुपया बनता है और 600 करोड़ ना 24,000 बसेज मैं नवियाँ पा सकता सी और 50,000 लोगों को मैं रोज़गार दे सकता सी असी सिट बना के ये उपर इनकुआरी कर रहे हैं जी नहीं मैं जाऊंगा नहीं लगातार जो तुम थक गए उदो जाऊंगा हाँ जी चन्नी साहब की गवर्नमेंट के उत्ते लगातार हमले बोल रहे हैं कि ये काम नहीं कर रहे फूके दावे कर रहे हैं खोखले दावे कर रहे हैं ये बारे थोड़ा की कहना मैनू नहीं लगता कि मैनू नहीं लगता उन्होंने कहा कि ये काम नहीं कर रहे बीइंग ए पीसीसी प्रेसिडेंट साड़ी कांग्रेस पार्टी सानू सिखाती है कदे कदे सुखबीर सिंह बादल के खिलाफ कोई बंदा बोलता देखे नहीं कदे केजरीवाल का बंदा कोई बोलता देखे उन्हें कट दिता जाता एक कांग्रेस पार्टी का इतिहास है सानू सिखाया जाता है मैं ब्लॉक प्रेजिडेंट तो चलिया दरिया विछा विछा के ऑल इंडिया प्रेजिडेंट बनया मैं राहुल गांधी जी का भी कदे कदे क्रिटिसिजम करता इन फ्रंट ऑफ हिम ओनली एंड जिस दिन मैं क्रिटिसिजम की गल करता उस दिन राहुल गांधी जी बिठा के टाइम ज़्यादा देंगे और चाह पिंदे साड़ी पार्टी दे विच ओपन क्रिटिसिजम फॉर एवरीबडी मैं कई बार तुसी देखा होना अमरिंदर सिंह जी का विधानसभा विरोध करता सी एक्साइज पॉलिसीज से किया मैं आपके चीफ सैकटरी घेरिया मैं कई मुद्दे की लड़ाई लड़ी सो मैनू लगता है कि ये होना चाहिए जे कोई टोका टोका ही नहीं है नो 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 परिवार दे विच ओपन नो 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 कई गल्लां ठीक भी होनियां परिवार दे विच ओपन क्रिटिसिजम बहुत जायज़ है तुसी ये नहीं दस्या कि चन्नी साहब की सिद्धू साहब ने पंजाब की विधानसभा तारीफ किनी की है कि कमाल करती चन्नी साहब ने कमाल करती चन्नी साहब ने घरें भी तुहाडे हुंदा है कि कदे तुसी गलत काम करते हो तो थोड़े माता पिता कह दें कि बबलू जी ये काम ठीक नहीं है तो फिर तुसी कहने ठीक करके वो कहना पुत हुण ठीक हो गया सो मैनू लगता है कि ओपन क्रिटिसिजम साडी पार्टी दे विच डेमोक्रेसी है तो कोई व्यक्ति भी आपकी गल कर सकता उन्हें हक है सो सिद्धू साहब भी हक आपा थोनू बहुत टाइम देता हूं नहीं नहीं कंडक्टर्स की बड़ी कमी है जी कंडक्टर्स और रोड सारा स्टाफर्स की बड़ी कमी बस वैसे ही खड़ी हैं कंडक्टर तो बिना बसेस नहीं खड़िया बट हाँ कमी हैगी है जिरे असे असी हुण एफडी कोले फाइल पई है असी जल्द तो जल्द कंडक्टर्स ते जिहड़े साडे आ हैगे ड्राइवर्स इन्हां दी भर्ती शुरू कर जी 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 मैं कह रहा कि असी 1600 बंदे दी नवी भर्ती दे एफडी तो अप्रूवल मंगी है मैनूं लगदा विद इन अ डे और टू साडे कोले भर्ती आ जाए या आउटसोर्स नहीं ओ मैं थोनू ये दसना चाहना है यूनियन सानू बहुत प्यारी है और लोग बड़े प्यारे ने उन्हां दी करके असी बसां च इतों तक साड़ियां दा रेवेन्यू लेके आए हैं जे वो लोग ना होंदे लेकिन 30% मेरे आने तो बाद
ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਹੋਇਆ, ਯਾਨੀ ਕਿ 4500 ਰੁਪਏ ਇਨਕਰੀਜ਼ਡ ਹੋਏ ਹੈ ਅਤੇ 5% ਉਹਨਾਂ ਨੂੰ ਹਰ ਸਾਲ ਇਨਕਰੀਮੈਂਟ ਦੇਣ ਦੀ ਗੱਲ ਕੀਤੀ ਹੈ। ਲੇਕਿਨ ਉਹਨਾਂ ਦੀ ਇਹ ਗੱਲ ਹੈ ਕਿ ਉਹਨਾਂ ਨੂੰ ਪੱਕੇ ਕਰੋ। ਚੰਨੀ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰਤਾ ਕਿ ਜਿਨ੍ਹਾਂ ਨੂੰ 10 ਸਾਲ ਹੋ ਗਏ ਕੰਟਰੈਕਟ ਬੇਸਿਸ 'ਤੇ, ਉਹਨਾਂ ਨੂੰ ਪੱਕੇ ਕੀਤਾ ਜਾਊਗਾ। ਸੋ ਉਹ ਕਹਿੰਦੇ ਨੇ ਕਿ ਸਾਨੂੰ 5 ਸਾਲਾਂ ਬਾਅਦ ਜਾਂ 3 ਸਾਲ ਵਾਲਿਆਂ ਨੂੰ ਵੀ ਪੱਕੇ ਕਰ ਦਿੱਤਾ ਜਾਵੇ। ਵਾਟ ਇਜ਼ ਦਾ ਪ੍ਰੋਬਲਮ ਇਨ ਦੈਟ ਕਿ ਜਸਟਿਸ ਜਿਹੜੀ ਉਮਾ ਦੇਵੀ ਜੱਜਮੈਂਟ ਹੈ, ਦੇਰ ਇਜ਼ ਅ 1 ਉਮਾ ਦੇਵੀ ਜੱਜਮੈਂਟ ਸੁਪਰੀਮ ਕੋਰਟ ਦੀ, ਉਹਦੇ 'ਚ ਲਿਖਿਆ ਗਿਆ ਕਿ 10 ਸਾਲਾਂ ਦੇ ਲੋਕਾਂ ਨੂੰ ਹੀ ਤੁਸੀਂ ਪੱਕਾ ਕਰ ਸਕਦੇ ਹੋ। ਜਾਂ ਤਾਂ ਪਹਿਲਾਂ ਸੁਣ ਲਓ ਯਾਰ, ਇੱਕ ਸਵਾਲ ਤਾਂ ਜੇ ਉਹਦੇ 'ਤੇ ਕੋਰਟ ਆਫ ਕੰਟੈਂਪਟ ਪੈਂਦੀ ਹੈ, ਉਹਦੇ ਅਸੀਂ ਹੱਲ ਕੱਢਣ ਲੱਗੇ ਹੋਏ ਹੈ। ਇੱਕ ਵਾਰੀ ਅਸੀਂ ਉਮਾ ਦੇਵੀ ਦੀ ਜੱਜਮੈਂਟ ਦੇ ਮੁਤਾਬਕ ਅਸੀਂ ਇਹ ਫੈਸਲਾ ਲੈਤਾ ਕਿ ਉਹ 10 ਸਾਲ ਵਾਲੇ ਨੂੰ ਪੱਕੇ ਕਰ ਰਹੇ ਹੈ, ਰੈਸਟ ਉਹਦਾ ਕੀ ਹੱਲ ਹੋ ਸਕਦਾ ਹੈ? ਸਾਨੂੰ ਬੜਾ ਪਿਆਰੇ ਆ, ਔਰ ਚੰਨੀ ਸਾਹਿਬ ਨੇ ਐਲਾਨ ਕਰ ਦਿੱਤਾ ਹੈ, ਇਹ ਐਲਾਨ ਕਰਤਾ ਕਿ ਇਸ ਤੋਂ ਬਾਅਦ ਜਿੰਨੇ ਮੁਲਾਜ਼ਮ ਰੱਖੇ ਜਾਣਗੇ ਉਹਨਾਂ ਨੂੰ ਪੱਕੇ ਰੱਖਿਆ ਜਾਵੇ, ਨਾ ਕਿ ਉਹਨਾਂ ਨੂੰ ਕੱਚਾ ਰੱਖਿਆ ਜਾਵੇ। ਸੋ ਜਲੰਧਰ ਏਅਰਪੋਰਟ ਬੱਸਿਸ ਦਾ ਕੀ ਪ੍ਰੋਬਲਮ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਸਾਹਿਬ ਹੈ, ਕਦੇ ਕਦੇ ਮੈਨੂੰ ਤੁਹਾਡੇ 'ਤੇ ਵੀ ਗਿਲਾ ਰਹਿੰਦਾ ਕਿ ਪੰਜਾਬ ਆਉਂਦੇ ਲੇਕਿਨ ਮੀਡੀਆ ਵਾਲੇ ਇਹ ਸਵਾਲ ਨਹੀਂ ਉਹਨਾਂ ਨੂੰ ਪੁੱਛ ਸਕੇ। ਮੈਨੂੰ ਅੱਜ 25 ਦਿਨ ਹੋ ਗਏ ਉਹਨਾਂ ਨੂੰ ਚਿੱਠੀਆਂ ਲਿਖਿਆਂ ਨੂੰ, 2 ਚਿੱਠੀਆਂ ਲਿਖ ਚੁੱਕਿਆ। ਮੈਂ ਫਿਰ ਜੋਤੀ ਰਾਜੇ ਸਿੰਧੀਆ ਨੂੰ, ਐਵੀਨੇਸ਼ਨ ਮਿਨਿਸਟਰ ਨੂੰ ਵੀ ਚਿੱਠੀ ਲਿਖੀ, ਉਹਨਾਂ ਦਾ ਮੈਨੂੰ ਜਵਾਬ ਆਇਆ, ਮੈਂ ਆਪਦੇ ਟਵਿੱਟਰ 'ਤੇ ਪਾਈ ਸੀ। ਉਹਨਾਂ ਨੇ ਕਿਹਾ ਕਿ ਵੀ ਆਰ ਰੈਡੀ ਐਨੀ ਟਾਈਮ, ਅਸੀਂ ਐਗਰੀਮੈਂਟ ਕਰ ਲਈ ਤੁਹਾਡੇ ਨਾਲ ਤਿਆਰ ਹੈ, ਪਰ ਸ਼ਰਤ ਇਹ ਹੈ ਕਿ ਤੁਹਾਨੂੰ ISBT ਦਿੱਲੀ ਤੋਂ ਏਅਰਪੋਰਟ ਆਉਣ ਦੀ ਇਜਾਜ਼ਤ ਦਿੱਲੀ ਸਰਕਾਰ ਦੇਵੇ। ਉਹਦੇ ਮੁਤਲਕ ਕਾਫੀ ਵਾਰੀ ਕੇਜਰੀਵਾਲ ਸਾਹਿਬ ਨੂੰ ਲਿਖ ਚੁੱਕਿਆ, ਬਾਦਲ ਦੀ ਬੱਸ ਨੂੰ, ਸੁਖਬੀਰ ਦੀ ਬੱਸ ਨੂੰ ਇਜਾਜ਼ਤ ਹੈ ਕਿ ਉਹ ਏਅਰਪੋਰਟ ਤੱਕ ਜਾਂਦੀ ਹੈ, ਔਰ ਏਅਰਪੋਰਟ ਤੱਕ ਜਾ ਕੇ ਮੋਨੋਪਲੀ ਉਹਨਾਂ ਦਾ ਹੈਗਾ, ਫਿਰ ਉਹ ਲੋਕਾਂ ਤੋਂ ਮਨ ਮਰਜ਼ੀ ਦੇ ਪੈਸੇ ਬਾਹਰਲੇ ਲੋਕਾਂ ਤੋਂ ਲੈਂਦੀ ਹੈ। ਲੇਕਿਨ ਪੰਜਾਬ ਰੋਡਵੇਜ਼ ਦੀ ਬੱਸ ਨੂੰ, ਵੋਲਵੋ ਨੂੰ ਇਜਾਜ਼ਤ ਨਹੀਂ ਹੈ ਦਿੱਲੀ ਸਰਕਾਰ ਉਹਨੂੰ। ਸਾਡੀ ਇੱਕ ਬੱਸ ਅੱਜ ਤੋਂ 1.5 ਸਾਲ ਪਹਿਲਾਂ ਦਿੱਲੀ ਸਰਕਾਰ ਨੇ ਇੰਪਾਊਂਡ ਕਰਤੀ, ਹਾਲਾਂਕਿ ਅਸੀਂ ਕਦੇ ਸਰਕਾਰੀ ਬੱਸ ਨੂੰ ਸਾਡੇ ਲੋਕਾਂ ਨੇ ਇੰਪਾਊਂਡ ਨਹੀਂ ਕੀਤਾ, ਚਾਹੇ ਉਹ ਹਰਿਆਣਾ ਦੀ ਆਉਂਦੀ ਹੈ, ਹਿਮਾਚਲ ਦੀ ਆਉਂਦੀ ਹੈ, ਲੇਕਿਨ ਉਹਨਾਂ ਨੇ ਇੰਪਾਊਂਡ ਕੀਤੀ। ਇੱਥੇ ਆ ਕੇ ਉਹਨਾਂ ਦੇ ਮਾਪਦੰਡ ਬਦਲ ਜਾਂਦੇ ਹੈ, ਦਿੱਲੀ ਜਾ ਕੇ ਉਹਨਾਂ ਦੇ ਮਾਪਦੰਡ ਹੋਰ ਹੁੰਦੇ ਹੈ। ਜੇ ਪੰਜਾਬ ਸਰਕਾਰ ਦੀ ਬੱਸ ਨਹੀਂ ਚੱਲ ਸਕਦੀ ਦਿੱਲੀ ਦੇ ਅੰਦਰ ਏਅਰਪੋਰਟ ਤੱਕ, ਤਾਂ ਫਿਰ ਬਾਦਲ ਦੀ ਇੰਡੋ ਕੈਨੇਡੀਅਨ ਚੱਲ ਸਕਦੀ ਹੈ। ਇਹਦੇ ਤੋਂ ਤੁਸੀਂ ਸਮਝ ਸਕਦੇ ਹੋ ਕਿ ਆਮ ਆਦਮੀ ਪਾਰਟੀ ਜੋ ਕਹਿੰਦੀ ਹੈ ਔਰ ਇਹ ਕਹਿੰਦੀ ਅਤੇ ਕਰਨੀ 'ਚ ਫਰਕ ਹੈ। ਬਹੁਤ ਵੱਡਾ ਪਰੂਫ ਹੈ ਇਹ, ਔਰ ਮੈਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ ਨੂੰ ਜਦੋਂ ਚੁਣਾਵ ਹੁੰਦੇ ਆ ਉਦੋਂ ਪੰਜਾਬ ਦੀ ਯਾਦ ਆ ਜਾਂਦੀ ਹੈ। ਉਹਨਾਂ ਨੇ ਇਹ ਵੀ ਕਿਹਾ ਸੀ ਅੰਮ੍ਰਿਤਸਰ 'ਚ ਆ ਕੇ ਕਿ ਮੈਂ ਮਜੀਠਾ ਕੋ ਪਕੜ ਕੇ ਅੰਦਰ ਦੂੰਗਾ, ਅਤੇ ਸਭ ਤੋਂ ਪਹਿਲਾਂ ਮਾਫ਼ੀ ਮੰਗਣ ਵਾਲਾ ਕੇਜਰੀਵਾਲ ਸਾਹਿਬ ਸੀਗੇ। ਸੋ ਉਹਨਾਂ ਨੂੰ ਤੁਸੀਂ ਸਵਾਲ ਕਰਿਓ, ਮੇਰੀਆਂ ਵੋਲਵੋ ਖਰਾਬ ਹੋ ਰਹੀਆਂ, ਬਟ ਤੁਹਾਡੀ ਜਿਹੜੀ ਗੱਲ ਹੈ ਉਹਦੇ ਦੇ ਮੱਦੇਨਜ਼ਰ ਰੱਖਦੇ ਹੋਏ ਹੌਲੀ ਹੌਲੀ ਅਸੀਂ ਬੱਸਿਸ ਟ੍ਰਾਂਸਫਰ ਕਰ ਰਹੇ ਹਾਂ। ਕੱਲ੍ਹ ਹੀ ਇੱਕ ਬੱਸ ਮੋਗਾ ਜਾ ਰਹੀ ਹੈ, ਕਿਉਂਕਿ ਮੋਗਾ ਤੋਂ ਕੋਈ ਵੋਲਵੋ ਬੱਸ ਨਹੀਂ ਚੱਲ ਰਹੀ ਸੀ ਫੋਰ ਦਾ ਟਾਈਮ ਬੀਂਗ, ਕਿ ਮੇਰੀਆਂ ਬੱਸਾਂ ਯੂਟੀਲਾਈਜ਼ ਹੋਣ ਅਤੇ ਪੈਸਾ ਕਮਾਉਣ। ਮੋਗਾ ਤੋਂ ਚੰਡੀਗੜ੍ਹ ਚਲਾ ਰਹੇ, ਅਗਲੀ ਵਾਰੀ ਜਦੋਂ 2-4 ਦਿਨਾਂ 'ਚ ਤੁਹਾਨੂੰ ਕੋਈ ਬੱਸ ਵੋਲਵੋ ਖੜ੍ਹੀ ਨਹੀਂ ਮਿਲੇਗੀ, ਚੱਲਦੀਆਂ ਮਿਲਣਗੀਆਂ। ਮੈਂ ਸਹਿਮਤ ਹਾਂ ਜੀ, ਮਾਨਯੋਗ ਸੁਪਰੀਮ ਕੋਰਟ ਦੀ ਜੋ ਉਹਨਾਂ ਨੇ ਕਿਹਾ, ਬਿਲਕੁਲ ਇਕੱਲੇ ਕਿਸਾਨ ਜ਼ਿੰਮੇਦਾਰ ਨਹੀਂ ਗੇ, ਸਾਰਾ ਸਿਸਟਮ ਜ਼ਿੰਮੇਦਾਰ ਹੈ, ਅਸੀਂ ਲੋਕ ਵੀ ਜ਼ਿੰਮੇਦਾਰ ਹਾਂ, ਤੁਸੀਂ ਲੋਕ ਵੀ ਜ਼ਿੰਮੇਦਾਰ ਹੈ। ਸੋ ਇਹਨੂੰ ਬੜਾ ਜ਼ਰੂਰੀ ਅਤੇ ਗੰਭੀਰ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇਹਦੇ 'ਤੇ ਅੱਗੇ ਗੌਰ ਨਾ ਫਰਮਾਇਆ ਗਿਆ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਹ ਲੈਣਾ ਮੁਸ਼ਕਿਲ ਹੋ ਜਾਏਗਾ। ਲੇਕਿਨ ਹਰ ਵਿਅਕਤੀ ਜ਼ਿੰਮੇਦਾਰ ਹੈ ਇਹਦੇ ਵਿੱਚ, ਹਰ ਵਿਅਕਤੀ ਜ਼ਿੰਮੇਦਾਰ, ਚਾਹੇ ਉਹ ਫੈਕਟਰੀ ਵਾਲਾ ਹੈ, ਚਾਹੇ ਸਕੂਟਰ ਨੂੰ ਚਲਾਉਂਦਾ, ਚਾਹੇ ਕੰਡਮ ਵਹੀਕਲ ਨੂੰ ਚਲਾਉਂਦਾ। ਕਈ ਵਾਰੀ ਮੈਂ ਵਹੀਕਲ ਦੇਖਿਆ ਹੁੰਦਾ, ਉਹ 15 ਸਾਲ ਪੁਰਾਣਾ, ਇੰਨਾ ਧੂੰਆਂ ਮਾਰ ਰਿਹਾ ਹੁੰਦਾ, ਉਹ 100 ਗੱਡੀ ਦਾ ਧੂੰਆਂ, ਉਹੀ ਪੋਲਿਊਸ਼ਨ ਫੈਲਾ ਰਿਹਾ ਹੁੰਦਾ। ਮੈਂ ਤੁਹਾਨੂੰ ਕਹਿੰਦਾ ਕਿ ਸਿੱਟ ਬਣਾ ਰਹੇ ਹਾਂ, 100% ਜੋ ਵੀ ਇਨਵੋਲਵਮੈਂਟ ਹੋਈ ਉਹਨੂੰ ਟੰਗੇ ਜਾਵਾਂਗੇ। ਤੁਹਾਨੂੰ ਕੀ ਪਤਾ, ਨਹੀਂ ਹੋਈ ਅਗਰ ਹੋਈ ਹੋਈ ਯਾਰ, ਮੈਂ ਫਿਰ ਕਹਿ ਰਿਹਾ, ਫਿਰ ਤੁਸੀਂ ਕਹਿ ਰਹੇ ਇੱਕ ਦਿਨ ਹੋਈ ਨਾ। ਸੋ ਅਸੀਂ ਇੱਕ ਪਾਵਰਸ ਦਿੱਤੀਆਂ GMs ਨੂੰ ਕਿ 500 ਮੀਟਰ ਦੇ ਦਾਇਰੇ ਦੇ ਅੰਦਰ, ਪਹਿਲਾਂ ਇਹ GMs ਕੋਲ ਪਾਵਰ ਨਹੀਂ ਸੀ,
कि तुसी बसेस इंपाउंड कर सकते हो, चलान कट सकते हो जिहड़ियां नियमां दी उलंघना कर दी। सो यू आर एग्जैक्टली राइट। मैं और ते हुणे गौर फरमावांगे कि एक दिन क्यों होया, रोज क्यों नहीं होए। सो उनू उनू चेक करके 100% कर सकते। राजा जी एक सर, एक दूसरा सर, आज भी बसा अनलोड चल रही है, टैक्स माफ किया गया था पिछले गुरुपुर के ऊपर 2 साल वास्ते और लगा दिया गया है गरीब आदमी वास्ते। और वास्ते उनका सरकार प्रमोट करती है प्रदूषण फ्री है, बैटरी ई रिक्शा के ऊपर। सो लेट मी चेक, टू बी वेरी ऑनेस्ट सरदार जी, मैनू एरे बारे टैक्स तुहानू वेव ऑफ होया ते टैक्स इसी एरे ते रिक्शा ते लगदा, मैनू एरे बारे पता भी नहीं सच। सो डोंट वरी, तुसी बिल्कुल राइट हो। अगर एरे ते टैक्स, मैं कह रहे हैं तुसी तां खैर मैनू गरीब नहीं लगदे, तुसी ई रिक्शा वेचदे होंगे लगदा। हाँ मैं समझ गया थोड़ी पग शग देख के, पर कर दें ये फिर जो टैक्स माफ होएगा तो ई रिक्शा ज़्यादा बिकनगे, ज़्यादा बिकनगे तो आप कमाई ज़्यादा आएगी। पर 100% ये गौर फरमा रहे राजा जी, थोड़ी थोड़ा पॉइंट आ गया हूँ यार, हूँ 7 सवाल पर बहुत सवाल होंगे। मैं तो ਬਿਆਲੀ ਬਸਿਸ ਦੇ ਵਿੱਚੋਂ 300 ਬਸਿਸ ਅੱਜ ਤੋਂ ਠੀਕ 40 ਦਿਨਾਂ ਬਾਅਦ ਪੰਜਾਬ ਦੀਆਂ ਸੜਕਾਂ 'ਤੇ ਘੁੰਮਣਗੀਆਂ। ਉਰੇ ਟੈਂਡਰਸ ਹੋ ਗਏ ਨੇ, ਬਾਡੀ ਦੇ ਵੀ ਟੈਂਡਰ ਹੋ ਗਏ ਨੇ, ਅਲੋਟ ਵੀ ਕਰ ਦਿੱਤੇ ਗਏ ਨੇ। ਜੈਪੁਰ ਦੀਆਂ 3-4 ਕੰਪਨੀਆਂ ਹੈਗੀਆਂ, ਉਹਨਾਂ ਨੂੰ ਦੇ ਦਿੱਤੇ ਗਏ। ਸੋ ਐਵਰੀਥਿੰਗ ਇਜ਼ ਡਨ ਅਤੇ 45 ਦਿਨਾਂ ਬਾਅਦ ਸਾਨੂੰ 350 ਬੱਸ ਜਿਹੜੀ ਹੈ ਉਹਦੀ 86 ਹੈ ਜਿਹੜੀ ਟਾਟਾ ਮੋਟਰਸ ਨੇ ਹੈਂਡ ਓਵਰ ਕਰ ਦਿੱਤੀ ਗਈ ਹੈ। 350 842 ਬੱਸਿਸ ਦਾ ਟੈਂਡਰ ਇਟਸ ਡਨ, 350 ਬੱਸਾਂ ਨੂੰ 45 ਦਿਨਾਂ ਦੇ ਵਿੱਚ ਹੈਂਡ ਓਵਰ ਹੋ ਜਾਏਗਾ। ਚੋਪੜਾ ਸਾਹਿਬ ਫਿਰ ਨਾ ਪੁੱਛੋ, ਕੈਪਟਨ ਸਾਹਿਬ ਨੇ ਪਿਛਲੇ 2017 ਦੇ ਇਲੈਕਸ਼ਨ ਤੋਂ ਪਹਿਲਾਂ ਗਿਆ ਸੀ। ਤੁਸੀਂ ਕੈਪਟਨ ਸਾਹਿਬ ਦੇ ਮਗਰ ਕਿਉਂ ਯਾਰ? ਗੱਲ ਇੱਕ ਪੁਆਇੰਟ ਤੇ ਆਈ ਹੋ ਨਾ। ਹਾਂਜੀ, ਕਿ ਸਰਕਾਰ ਸਾਡੀ ਬਣੇਗੀ, ਅਸੀਂ ਓਰਬਿਟ ਇੰਡੋ ਕੈਨੇਡੀਅਨ ਜਾਂ ਜਿੰਨੀਆਂ ਨਜਾਇਜ਼ ਬੱਸਾਂ ਚੱਲਦੀਆਂ ਬੰਦ ਕਰਕੇ ਜਿਹੜੇ ਸਾਡੇ ਬੇਰੋਜ਼ਗਾਰ ਯੂਥ ਹੈ ਉਹਨਾਂ ਨੂੰ ਪਰਮਿਟ ਦੇਵਾਂਗੇ? ਤੁਸੀਂ ਇੰਡੋ ਕੈਨੇਡੀਅਨ ਨੂੰ ਹੱਥ ਤਾਂ ਪਾਇਆ, ਬੱਸਾਂ ਵੀ ਕਈ ਨਜਾਇਜ਼ ਜਿਹੜੀਆਂ ਬੰਦ ਹੋਈਆਂ, ਪਰ ਜਿਹੜੇ ਰੂਟਾਂ 'ਤੇ ਬੰਦ ਹੋਈਆਂ ਉੱਥੇ ਸਵਾਰੀਆਂ ਨੂੰ ਬੱਸਾਂ ਨਹੀਂ ਮਿਲ ਰਹੀਆਂ, ਪਰਮਿਟ ਨਹੀਂ ਮਿਲ ਰਹੇ ਨਵੇਂ ਪਰਮਿਟ ਉੱਤੇ ਕੀ ਕਰ ਰਹੇ? ਯੂਥ ਨੂੰ ਰੋਜ਼ਗਾਰ ਦੇਣ ਦਾ ਸਾਧਨ। ਸੋ ਪਹਿਲਾਂ ਅਸੀਂ ਮਿੰਨੀ ਬੱਸਿਸ ਦੇ ਪਰਮਿਟ ਚੋਪੜਾ ਜੀ ਕੱਢੇ ਸੀ ਜਿਹੜੇ ਕਿ ਦੇ ਦਿੱਤੇ ਗਏ ਆ। ਵੱਡੀਆਂ ਬੱਸਿਸ ਦੇ ਜਿਹੜੇ ਪਰਮਿਟਸ ਹੈ ਆਲਰੇਡੀ ਉਹ ਪਾਈਪ ਲਾਈਨ ਦੇ ਵਿੱਚ ਹੈ, ਉਹਦਾ ਜਿਹੜਾ ਨੋਟਿਸ ਦਾ ਸਮੇਂ ਸੀ ਉਹ ਪੂਰਾ ਹੋ ਗਿਆ। ਮੇਰਾ ਖਿਆਲ ਆਉਂਦੇ 15 ਦਿਨਾਂ 'ਚ ਦੇਖੋਗੇ ਪਰਮਿਟ ਦੇ ਦਿੱਤੇ ਜਾਣਗੇ। ਜੇ ਤੁਸੀਂ ਵੀ ਕੋਈ ਇੱਕ ਅੱਧਾ ਅਪਲਾਈ ਕਰਿਆ ਤਾਂ ਮੈਨੂੰ ਦੱਸ ਦਿਓ, ਜੋ ਆਲਰੇਡੀ ਇਹ ਉਹਦੇ 'ਚ ਹੈਗਾ ਜਿਹੜੀਆਂ ਤੁਸੀਂ। ਸੋ ਦੂਸਰਾ ਇੱਕ ਸੈਕਿੰਡ, ਜਿਹੜਾ ਤੁਸੀਂ ਏ ਸੀ ਬੱਸਾਂ ਦੀ ਗੱਲ ਕਰ ਰਹੇ ਹੋ, ਜਿਹੜਾ ਕਹਿੰਦੇ ਸੀ ਇੰਟੈਗਰਲ ਕੋਚਿਸ ਨੇ ਇੱਕ, ਉਹ ਇੱਕ 73 ਪਰਮਿਟ ਨੇ, 73 ਪਰਮਿਟਸ ਨੇ। ਉਹ ਵੱਡੇ ਸ਼ੀਸ਼ੇ ਵਾਲੀਆਂ ਬੱਸਾਂ ਨੇ ਜਿਹੜੀਆਂ 1.5 ਕਰੋੜ ਦੀ ਲਾਗਤ ਨਾਲ ਬੱਸਾਂ। ਸੋ ਉਹ ਅਸੀਂ ਬੰਦ ਕਰ ਦਿੱਤੀਆਂ ਗਈਆਂ, ਉਹਨਾਂ ਦੇ ਟੈਕਸ ਡਿਫਾਲਟਡ ਸੀਗੇ ਇਸ ਕਰਕੇ ਉਹਨਾਂ ਦੇ ਪਰਮਿਟ ਰੱਦ ਕਰ ਦਿੱਤੇ ਗਏ ਹੈ। ਉਹਦੇ ਵਿੱਚੋਂ ਵੱਡੇ ਲੋਕਾਂ ਦੀਆਂ ਬੱਸਿਸ, ਅਮੀਰ ਲੋਕਾਂ ਦੀਆਂ ਬੱਸਿਸ ਜਿਹੜੀਆਂ ਸੀ ਉਹ ਜ਼ਿਆਦਾ ਸੀ, ਸ਼ਹਿਰ ਦੇ ਵੱਖ ਵੱਖ ਕੋਨਿਆਂ ਤੋਂ ਚੱਲਦੀਆਂ ਸੀ, ਉਹ ਟੈਕਸ ਡਿਫਾਲਟਰ ਸਨ, ਉਹਨਾਂ ਦੀਆਂ ਬੱਸਾਂ ਰੱਦ ਕਰ ਦਿੱਤੀਆਂ ਗਈਆਂ। ਕੱਲ੍ਹ ਇਲੈਕਸ਼ਨ ਤੋਂ ਪਹਿਲਾਂ ਕਿੰਨਾ ਕੁ ਟਾਰਗੇਟ ਰੱਖਿਆ ਆਪਾਂ ਨਵੇਂ ਪਰਮਿਟ ਦੇ? ਮਹੀਨਾ ਡੇਢ ਮਹੀਨਾ ਰਹਿ ਗਿਆ ਕੋਰਟ ਦੇ ਦਿੱਤੇ। ਸਾਡਾ ਤਾਂ 5,000 ਜਿਹੜਾ ਪਰਮਿਟਸ ਦਾ ਟਾਰਗੇਟ ਸੀ। ਰਾਜਾ ਜੀ ਗੱਲ ਇਹ ਬੱਸਾਂ ਦੀ ਗੱਲ ਕੀਤੀ ਹੈ, ਸਕੂਲ ਦੇ ਬੱਸਾਂ ਅੱਜ ਵੀ ਬੱਚਿਆਂ ਨੂੰ ਲੋਡ ਕਰਕੇ ਲੈ ਕੇ ਜਾਂਦੇ, ਅਨਲੋਡ ਬੱਚੇ ਬਾਹਰ ਘੁੰਮਦੇ ਪਏ ਨੇ ਤੇ ਬੱਸ ਚੱਲ ਰਹੀ ਹੈ, ਬੱਚੇ ਬਾਹਰ ਇੱਦਾਂ ਨਿਕਲ ਰਹੇ ਨੇ ਕਿ ਤਾਂ ਦਿੱਲੀ ਦੀਆਂ ਬੱਸਾਂ ਦੇ ਵਿੱਚ ਦੇਖਣ ਨੂੰ ਮਿਲਦਾ। ਮੈਨੂੰ ਲੱਗਦਾ ਇਹਦੇ ਪਿੱਛੇ ਸਕੂਲ ਵੀ ਜ਼ਿੰਮੇਦਾਰ ਹੋਣਾ ਚਾਹੀਦਾ ਅਤੇ ਸਾਡੇ ਵਾਲੇ ਆਫੀਸ਼ੀਅਲਸ ਵੀ ਜ਼ਿੰਮੇਦਾਰ ਹੋਣੇ ਚਾਹੀਦੇ ਹੈ ਕਿ ਜਿਹੜੇ ਸਕੂਲ ਦੇ ਲੋਕ ਜਾਂ ਬੱਚੇ ਉਹਦੇ 'ਚ ਭਰ ਭਰ ਕੇ ਬੱਸਾਂ ਨੂੰ ਲੈ ਕੇ ਆਉਂਦੇ ਓਵਰਲੋਡ, ਅਤੇ ਉਹਨਾਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਚੰਗਾ ਤੁਸੀਂ ਇਹ ਮੇਰੇ ਧਿਆਨ 'ਚ ਲਿਆਂਦਾ। ਮੈਂ ਈਵਨ ਇੱਕ ਚਿੱਠੀ ਪ੍ਰਗਟ ਸਿੰਘ ਵੱਲੋਂ ਵੀ ਜਿਹੜੀ ਹੈ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਜਾਏ ਸਕੂਲਸ ਨੂੰ ਕਿ ਕੱਲ੍ਹ ਨੂੰ ਤੁਹਾਡੇ ਬੱਸ ਵਾਲੇ ਅਤੇ ਚਾਲਕ 'ਤੇ ਤਾਂ
ਉਹਦੇ ਕਾਰਵਾਈ ਹੋਏ ਹੀ ਹੋਏ, ਲੇਕਿਨ ਉਹ ਸਕੂਲ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਹਦੇ ਚ ਓਵਰਲੋਡਡ ਬੱਸਿਸ ਆਉਣ। ਸਾਨੂੰ ਮੈਂ ਵੀ ਦਿਖਾਇਆ ਵੀਡੀਓ ਵੀ, ਤੁਹਾਨੂੰ ਮੈਂ ਦਿਖਾ ਦਿੰਦਾ ਵੀਡੀਓ ਦੇ ਵਿੱਚ, ਤੁਸੀਂ ਦੇਖ ਹਾਲੇ ਤੱਕ ਵੀ ਉਹ ਬੱਸਾਂ ਅੱਜ ਵੀ ਉਦਾਂ ਹੀ ਬੱਚਿਆਂ ਨੂੰ ਲੈ ਕੇ ਅੱਜ ਹੀ ਦਿਖਾ ਦਿਓ। ਸ਼ਾਮ ਨੂੰ ਬੱਸਿਸ ਇੰਬਾਉਂਡ ਹੋਣੀਆਂ, ਆਰਟੀਏ ਸਾਹਿਬ ਇੱਥੇ ਬੈਠੇ ਹੈ, ਹੁਣੇ ਆਪਦੀਆਂ ਵੀਡੀਓਜ਼ ਦਿਖਾ ਦਿਓ ਤੇ ਸ਼ਾਮ ਨੂੰ ਉਹ ਬੱਸ ਚੱਲੇਗੀ। ਜਲੰਧਰ ਚੋਂ ਚੱਲਦੀ ਹੈ ਤੇ ਕੁਝ ਹੈ ਅੱਜ ਤੱਕ ਪਲਾਨ ਕੀ ਕੁਝ ਚੈੱਕ ਕੀਤੀ ਜੋਗੀ ਜਾਂ ਬੱਸ ਸਟੈਂਡ ਤੋਂ? ਇੰਡੋ ਕੈਨੇਡੀਅਨ ਕੀ ਹੈ? ਇੰਡੋ ਕੈਨੇਡੀਅਨ ਬੱਸ ਹੈ ਜੀ। ਅੱਛਾ, ਮੈਂ ਤਾਂ ਸੋਚਿਆ ਇਹ ਟਰੱਕ ਹੈ ਕਿਤੇ। ਨਹੀਂ ਬੱਸ ਹੈ ਜਿਹੜੀ ਤੁਸੀਂ ਗੱਲ ਕਰਦੇ, ਬਹੁਤ ਵੱਡੀਆਂ ਵੱਡੇ ਪਰਿਵਾਰਾਂ ਦੀਆਂ ਬੱਸਾਂ ਨੇ ਉਹ ਨੇ, ਤੇ ਕੁਝ ਕਾਰਵਾਈ ਹੋਏਗੀ ਜਾਂ ਬੱਸ ਸਟੈਂਡ ਦੇ ਲਾਗੇ ਸ਼ਾਗੇ ਕੁਝ ਕਾਰਵਾਈ ਦਾ ਪਲਾਨ ਹੈ ਤੁਹਾਡਾ? ਜਦੋਂ ਕਾਰਵਾਈ ਕਰਨੀ ਹੁੰਦੀ ਹੈ ਔਰ ਇਹ ਪਲਾਨਸ ਦੱਸੇ ਨਹੀਂ ਜਾਂਦੇ ਮੀਡੀਆ ਨੂੰ, ਉਹ ਤਾਂ ਚੁੱਪ ਚੁੱਪ ਦੇ ਕਰ ਦਿੱਤੇ ਜਾਂਦੇ ਜਿਹੜੇ ਹੋਏ ਨੂੰ ਮੀਡੀਆ ਨੂੰ ਨਾਲ ਲੈ ਕੇ। ਹਾਂ, ਤੁਹਾਨੂੰ ਵੀ ਨਾਲ ਲੈ ਜਾਵਾਂਗੇ ਇਸ ਵਿੱਚ। ਮੈਂ ਕਿਸੇ ਵਿਧਾਇਕ, ਮੇਰੇ ਭਰਾ ਨੇ, ਮੈਂ ਕਿਸੇ ਵਿਧਾਇਕ ਨੂੰ ਇਹ ਮੀਡੀਆ ਆਪ ਮਨ ਘੜਤ, ਮੈਂ ਕਿਸੇ ਵਿਧਾਇਕ ਨੂੰ ਕਿਉਂ ਬੁਲਾਉਣਾ ਚਾਹੁੰਦਾ? ਇੱਥੇ ਇੱਕ ਵਿਧਾਇਕ ਮੈਂ ਆਇਆ ਮੰਤਰੀ, ਤਾਂ ਕਿੰਨਾ ਲੋਕ ਰਸ਼ ਵਸ਼ ਹੋ ਉਹਦੇ 'ਚ ਹੋ ਜਾਂਦਾ। ਸੋ ਆਈ ਡੋਂਟ ਵਾਂਟ ਟੂ ਬਾਦਰ ਐਨੀ ਬਡੀ। ਪ੍ਰਗਟ ਸਿੰਘ ਜੀ ਇਨਫੈਕਟ ਚਲੇ ਗਏ ਹਬੋਰ ਨੇ ਮੋਰਨਿੰਗ ਦੇ, ਠੀਕ ਹੈ ਜੀ। ਰਿੰਕੂ ਜੀ ਇੱਥੇ ਹੈ ਨਹੀਂ ਹੈ, ਬਾਵਾ ਆਪਦਾ ਕੰਮ 'ਤੇ ਲੱਗਿਆ ਹੋਇਆ ਕਿਤੇ ਕਰ ਰਿਹਾ। ਹਾਂ, ਮੇਰੀ ਉਹਨਾਂ ਨਾਲ ਗੱਲ ਹੋਈ ਸੀ, ਬਟ ਮੇਰਾ ਕੋਈ ਔਰ ਮੈਨੂੰ ਕਿਉਂ ਕੋਈ MLA ਆਵੇ ਮਿਲਣ? ਅਗਰ ਕੋਈ MLA ਦੇ ਐਤਵਾਰ ਨੂੰ ਹੋਰ ਬੰਦੇ ਰੁਝੇਵੇਂ ਹਨ, ਮੈਂ ਕੋਈ ਐਡਾ ਉਹ ਨਹੀਂ ਹੈ ਕਿ MLA ਖੜ੍ਹਾ ਹੋਵੇ ਮੈਨੂੰ ਦਰਸ਼ਨ ਦੇਣ ਵਾਸਤੇ। ਔਰ ਤੁਸੀਂ ਆਪਣੇ ਆਪ ਇਹ ਨਾ ਲਾ ਲਿਆ ਕਰੋ ਕਿ MLA ਨਹੀਂ ਆਇਆ ਤਾਂ ਬਈ ਨਾਰਾਜ਼ ਹੋਣਾ। ਮੈਂ ਤਾਂ ਉਹਦੀ ਸੀਟ ਤੋਂ ਲੜਦਾ ਨਹੀਂ, ਮੇਰੇ ਨਾਲ ਕੀ ਨਾਰਾਜ਼ਗੀ ਹੋਣੀ ਹੈ? ਬਿਲਕੁਲ ਕੋਈ ਨਾਰਾਜ਼ਗੀ ਨਹੀਂ। ਤਮਾਮ MLA ਸਾਹਿਬ ਨੂੰ ਸੰਡੇ ਇੱਦਾਂ ਦੇਣ ਹੈ, ਜਿਹੜਾ ਬੜੇ ਮਹੱਤਵਪੂਰਨ ਦਿਨ ਹੁੰਦੇ ਆ, ਇੱਥੇ ਸਾਡੇ ਬੜੇ ਪ੍ਰੋਗਰਾਮਸ ਹੁੰਦੇ ਆ। ਸੋ ਆਈ ਡੋਂਟ ਮਾਈਂਡ ਇਫ ਸਮਬਡੀ ਇਜ਼ ਨਾਟ ਕਮਿੰਗ, ਔਰ ਮੈਂ ਕਿਸੇ ਨੂੰ ਕਿਹਾ ਵੀ ਨਹੀਂ ਆਉਣ। 2022 ਦੀਆਂ ਚੋਣਾਂ ਜਿਹੜੀਆਂ ਹੋਣੀਆਂ ਨੇ ਉਹਦੇ ਵਿੱਚ ਆਪਣੀ ਪਾਰਟੀ ਨੂੰ ਕਿੱਥੇ ਦੇਖਦੇ ਤੁਸੀਂ? ਇੱਥੇ ਕੀ ਸਟੇਟਸ ਕੀ ਰਹੇਗਾ ਸਰ ਜੀ? ਮੈਨੂੰ ਲੱਗਦਾ ਕਿ ਸਿੱਧੂ ਸਾਹਿਬ ਤੇ ਚੰਨੀ ਸਾਹਿਬ ਦੀ ਜੋੜੀ ਜਿਸ ਤਰ੍ਹਾਂ ਕੰਮ ਕਰ ਰਹੀ ਹੈ, ਜਿਸ ਤਰ੍ਹਾਂ ਦੀ ਅਨਾਊਂਸਮੈਂਟ ਪਿਛਲੇ ਦਿਨਾਂ ਦੇ ਵਿੱਚ ਕੀਤੀਆਂ ਗਈਆਂ ਹਨ, ਜੋ ਕੰਮ ਦੀ ਰਫ਼ਤਾਰ ਚੱਲੀ ਹੈ, ਮੈਨੂੰ ਲੱਗਦਾ ਕਿ ਜਿਹੜਾ ਰਿਕਾਰਡ ਸੀਗਾ 80 ਵਾਲਾ ਉਹ ਅਸੀਂ ਬ੍ਰੇਕ ਕਰ ਰਹੇ ਹਾਂ। ਕਿਹਾ ਮੁੱਖ ਮੰਤਰੀ ਦੇ ਚਿਹਰੇ ਉੱਤੇ ਕੋਈ ਨਾਰਾਜ਼ ਕਿਉਂ ਹੋ ਜਾਂਦੇ ਆ? ਫੇਰ ਕੱਟੇ ਹੋ ਜਾਂਦੇ ਆ ਮੁੱਖ ਮੰਤਰੀ ਦੇ ਚਿਹਰੇ ਉੱਤੇ? ਕੋਈ ਲੜਾਈ ਨਹੀਂ ਹੋਊਗੀ? ਆਈ ਡੋਨਟ ਥਿੰਕ ਸੋ। ਨੋ ਨੋ, ਇੱਕ ਤੁਹਾਡੇ ਨਾਲ ਹੀ ਟਰਾਂਸਪੋਰਟ ਤੇ ਰਿਲੇਟਡ ਇੱਕ ਸਵਾਲ ਆ। ਤੁਸੀਂ ਕਿਹੜੇ ਮੀਡੀਆ ਚੋਂ? ਮੈਂ ਸਰ ਮੀਡੀਆ ਤੋਂ ਨਹੀਂ ਆ, ਮੈਂ ਇੱਕ ਟੈਕਸੀ ਆਪਰੇਟਰ ਆ ਜੀ, ਟੈਕਸੀ ਆਪਰੇਟਰ ਆ। ਮੈਂ ਚਾਹੁੰਦਾ ਕੁਝ ਦੇਰ ਲਈ ਤੁਹਾਡਾ ਧਿਆਨ ਜਿਹੜਾ ਬੱਸ ਤੋਂ ਥੋੜ੍ਹ ਜਿਹਾ ਨੀਚੇ ਲਿਆ ਕੇ ਟੈਕਸੀ ਵਾਲੇ ਵੱਲ ਦਿੱਤਾ ਜਾਵੇ। ਪਹਿਲਾਂ ਤੁਹਾਡੇ ਅਸੀਂ ਸ਼ੁਕਰਗੁਜ਼ਾਰ ਹਾਂ, ਜੋ ਤੁਸੀਂ ਐਕਸ਼ਨ ਲਿਆ ਉਹਦਾ ਅਸਰ ਸਿੱਧਾ ਸਾਡੇ ਰੁਜ਼ਗਾਰ ਉੱਤੇ ਪਿਆ। ਕਮਾਈ ਹੋਈ? ਬਿਲਕੁਲ ਸਰ, ਬਿਲਕੁਲ। ਸਾਡੇ ਰੁਜ਼ਗਾਰ ਤੇ ਕੀ ਅਸਰ? ਟੈਕਸੀ ਵਾਲਿਆਂ ਨੂੰ ਵੀ ਕਮਾਈ ਹੋਈ ਸਰ। ਸਰ, ਸਾਡੀਆਂ ਗੱਡੀਆਂ ਘਰਾਂ ਦੇ ਵਿੱਚ ਖੜੀਆਂ ਸੀ, ਸਾਡੀਆਂ ਗੱਡੀਆਂ ਘਰਾਂ 'ਚ ਖੜੀਆਂ ਸੀ, ਸਾਡੇ ਕੋਲ ਬਿਲਕੁਲ ਰੁਜ਼ਗਾਰ ਨਹੀਂ ਸੀਗਾ। ਆਹ ਭਾਜੀ ਹੁਣੀ ਮੀਡੀਆ ਵਾਲੇ ਸਾਰਿਆਂ ਨੂੰ ਪਤਾ, ਜੋ ਸਾਡੇ ਹਾਲਾਤਾਂ ਵਿੱਚੋਂ ਅਸੀਂ ਨਿਕਲੇ, ਸਾਡੇ ਜਿਹੜੇ ਟੈਕਸੀ ਆਪਰੇਟਰ ਨੇ ਭਰਾ ਭੁੱਖਮਰੀ ਕਗਾਰ ਦੇ ਉੱਤੇ ਆ ਗਏ, ਜਿੱਥੇ ਦੋ ਦੋ ਕਿਸ਼ਤਾਂ ਸਾਡੀਆਂ ਐਡਵਾਂਸ ਜਮ੍ਹਾਂ ਹੁੰਦੀਆਂ ਸੀ, ਅੱਜ ਅਸੀਂ ਬੈਂਕਾਂ ਵੱਲੋਂ ਡਿਫਾਲਟਰ ਗਿਣੇ ਗਏ। ਤੁਹਾਡੀ ਹੀ ਬਦੌਲਤ ਬੜਿੰਗ ਸਾਹਿਬ ਜੀ, ਸਿਰਫ ਤੁਹਾਡੀ ਹੀ ਬਦੌਲਤ ਅੱਜ ਸਾਨੂੰ ਰੁਜ਼ਗਾਰ ਮਿਲਿਆ, ਅੱਜ ਸਾਡਾ ਥੋੜ੍ਹਾ ਜਿਹਾ ਕੰਮ ਚੱਲਿਆ। ਅੱਜ ਕੁਛ ਵੀ ਮੰਗ ਲਓ ਮੈਨੂੰ ਖੁਸ਼ ਕਰਤਾ ਤੁਸੀਂ ਸਰ। ਅਸੀਂ ਬਿਲਕੁਲ ਇੱਕ ਸਾਡੇ ਕੋਲ ਬੜੀ ਵੱਡੀ ਉਮੀਦ ਲੈ ਕੇ ਆਇਆ ਜੀ ਮੈਂ ਤੁਹਾਡੇ। ਦੱਸੋ ਝੋਲੀ ਪਾ ਦਿਓ ਸਰ ਕੁਛ ਮੰਗੋ। ਇਸ ਵੇਲੇ ਜਿਹੜਾ ਸਾਡੀ ਸਭ ਤੋਂ ਵੱਡੀ ਚੀਜ਼ ਆ, ਸਾਡੀ ਜਿਹੜਾ ਟੈਕਸੀ ਭਰਾ ਆ ਆਪਰੇਟਰ, ਜਿਹੜੇ ਮੁੰਡੇ ਡਰਾਈਵਰੀ ਦਾ ਕੰਮ ਕਰਦੇ ਜੀ, ਉਹਨਾਂ ਦਾ ਬਾਈ ਚਾਂਸ ਕਿਤੇ ਕੋਈ ਐਕਸੀਡੈਂਟ ਹੋ ਜੇ ਜੀ, ਕੋਈ ਮਿਸਹੈਪਨਿੰਗ ਹੋਵੇ, ਅਸੀਂ ਥੋੜ੍ਹੀ ਬਹੁਤੀ ਆਪਸ ਵਿੱਚ ਰਲ ਕੇ ਮਦਦ ਕਰਦੇ, ਪਰ ਅੱਜ ਤੱਕ ਸਰਕਾਰ ਵੱਲੋਂ ਇੱਕ ਵੀ ਪੋਲਿਸੀ ਨਹੀਂ ਬਣੀ ਜੀ ਅੱਜ ਤੱਕ ਟੈਕਸੀ ਵਾਲੇ ਭਰਾਵਾਂ ਵਾਸਤੇ। ਜਿਵੇਂ ਤੁਸੀਂ ਗਰੀਬਾਂ ਵਾਸਤੇ ਕੋਈ ਕਾਰਡ ਬਣਾਏ ਹੋਏ ਆ, ਜਿਹਦੇ ਵਿੱਚ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਹਜ਼ਾਰ ਚਾਰ ਹਜ਼ਾਰ ਜਾਂ ਕੋਈ ਹੈਲਥ ਇੰਸ਼ੋਰੈਂਸ ਇੰਸ਼ੋਰੈਂਸ ਕਿਉਂ ਨਹੀਂ ਕਰਾਉਂਦੇ ਸਰ? ਉਹੀ ਤੁਹਾਡਾ ਰਿਕੁਐਸਟ ਲੱਗੇ ਕਰਨ। ਸਾਡੇ ਜਿਹੜੇ ਟੈਕਸੀ ਓਪਰੇਟਰ ਇੰਨੇ ਅਵੇਅਰ ਨਹੀਂ ਹੈਗੇ, ਅਸੀਂ ਚਾਹੁੰਦੇ ਹਾਂ ਕੁਝ ਕੁ ਕਲਾਸਾਂ ਲੱਗਣ, ਇੱਕ ਤਾਂ ਅਵੇਅਰ ਹੋਣ ਜੀ, ਦੂਸਰਾ ਗੌਰਮੈਂਟ ਦੀ ਜਿਹੜੀ ਜ਼ਿੰਮੇਵਾਰੀ ਆ, ਕਿਉਂਕਿ ਅਸੀਂ ਵੀ ਟੈਕਸ ਪੇ ਕਰ ਰਹੇ ਹਾਂ ਜੀ। ਅਸੀਂ ਜਦੋਂ ਤੋਂ ਗੱਡੀ ਪਰਮਿਟ ਵਾਲੀ ਲੈ ਕੇ ਆਉਂਦੇ ਹਾਂ ਉਸ ਦਿਨ ਤੋਂ ਲੈ ਕੇ ਸਾਰਾ ਪੇ ਕਰ ਰਹੇ ਸਰ, ਉਹਦੇ ਨਾਲ ਸਾਨੂੰ ਵੀ ਰੁਜ਼ਗਾਰ ਮਿਲ ਰਿਹਾ ਸਰ। ਤੁਸੀਂ ਟੈਕਸ ਪੇ ਨਹੀਂ ਕਰ ਰਹੇ ਹੋ, ਉਹ ਟੈਕਸ ਟੁੱਟਿਆ ਪਿਆ ਜੀ ਸਰ। ਸਰ, ਉਹਦੇ ਲਈ ਉਹਦੇ ਜਾ ਰਹੇ ਸਰ। ਅਸੀਂ ਸਰ ਪਲੀਜ਼ 2 ਮਿੰਟ ਮੇਰਾ ਮੇਨ ਸਵਾਲ ਇਸ ਵੇਲੇ ਜਿਹੜੀ ਤੁਹਾਡੀ ਟੈਕਸ ਦੀ ਪਾਲਿਸੀ ਆ, ਸਾਨੂੰ ਚੰਡੀਗੜ੍ਹ ਜਾਣਾ ਪੈ ਰਿਹਾ ਜੀ। ਸਾਨੂੰ ਪਤਾ ਚੱਲਿਆ ਸੀ ਕਿ ਜ਼ਿਲ੍ਹੇ ਪੱਧਰ ਉੱਤੇ ਜਿਹੜਾ ਟੈਕਸ ਆਪਾਂ ਫਿਟਨੈਸ ਕਰਵਾਉਣੀ ਆ ਉਹ ਜ਼ਿਲ੍ਹੇ ਪੱਧਰ 'ਤੇ ਸ਼ੁਰੂ ਹੋ ਗਿਆ, ਪਰ ਉਹਦਾ ਕੋਈ ਵੀ ਨੋਟੀਫਿਕੇਸ਼ਨ ਅਜੇ ਤੱਕ ਸਾਨੂੰ ਨਹੀਂ ਮਿਲਿਆ ਜੀ। ਦੂਸਰੀ ਚੀਜ਼ ਸਰ, ਦੂਸਰੀ ਚੀਜ਼, 2 ਸਾਲ ਤੱਕ ਸਾਡੀਆਂ ਗੱਡੀਆਂ ਘਰਾਂ ਦੇ ਅੰਦਰ ਖੜੀਆਂ ਰਹੀਆਂ, 2 ਸਾਲ ਗੱਡੀਆਂ ਦੀ ਜਿਹੜੀ ਇਨਕਮ ਹੋਣੀ ਸੀਗੀ ਉਹ ਬੰਦ ਹੋ ਗਈ ਸਰ, ਕੋਰੋਨਾ ਦੀ ਵਜ੍ਹਾ ਕਰਕੇ ਕਿਸੇ ਦਾ ਬਸ ਨਹੀਂ ਸੀ। ਬਟ ਅਸੀਂ ਸਰਕਾਰ ਦੇ ਕੋਲੋਂ, ਤੁਹਾਡੇ ਕੋਲੋਂ ਹੰਬਲੀ ਇੱਕ ਉਮੀਦ ਕਰਦੇ ਹਾਂ ਜੀ ਕਿ ਸਾਨੂੰ 2 ਸਾਲ ਦਾ ਜਿਹੜਾ ਟੈਕਸੀ ਦਾ ਪਰਮਿਟ ਵਾ ਜਾਂ ਫਿਟਨੈਸ ਉਹ ਅੱਗੇ ਵਧਾ ਦਿਓ, ਤਾਂ ਕਿ ਕੁਝ ਅਸੀਂ ਵੀ ਜੀਣ ਦੇ ਵਿੱਚ ਹੋ ਸਕੀਏ ਜੀ। ਇਹ ਬਹੁਤ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਆ ਟੈਕਸੀ ਆਪਰੇਟਰਾਂ ਵੱਲੋਂ ਜੀ। ਸਰ,
ਤੁਹਾਡਾ ਟੈਕਸ ਅਸੀਂ ਮਾਫ ਕਰਨ ਦੀ ਤਜਵੀਜ਼ ਦਿੱਤੀ ਹੈ ਕਿ 16 ਸੀਟਰ ਤੋਂ ਨੀਚੇ ਨੀਚੇ ਵਾਲੀਆਂ ਜਿੰਨੀਆਂ ਵੀ ਗੱਡੀਆਂ ਹੈ ਉਹ ਮੈਂ ਜਲਦੀ ਮੁੱਖ ਮੰਤਰੀ ਨਾਲ ਗੱਲ ਕਰਕੇ ਅਸੀਂ ਕੈਬਨਿਟ ਮੈਮੋਰੈਂਡਮ ਲੈ ਕੇ ਆ ਰਹੇ ਹਾਂ ਕਿ ਉਹ ਮਾਫ ਕਰ ਦਿੱਤਾ ਜਾਵੇ। ਜਿਹੜੀ ਤੁਸੀਂ ਫਿਟਨੈਸ ਦੀ ਗੱਲ ਕੀਤੀ ਹੈ ਬਿਲਕੁਲ ਇਹਦੇ 'ਤੇ ਵੀ ਵਿਚਾਰ ਕਰਕੇ ਇੱਕ ਅੱਧੇ ਦਿਨ 'ਚ ਤੁਹਾਨੂੰ ਦੱਸ ਰਹੀ।